ਪੰਜਾਬ ਦੀਆਂ ਜੀਵਨੀ ਚੋਣਾਂ 'ਚ ਕਾਂਗਰਸ ਪਾਰਟੀ ਨੇ ਬਾਹਰੀ ਉਮੀਦਵਾਰ ਉਤਾਰ ਕੇ ਪਹਿਲਾਂ ਹੀ ਹਾਰ ਮੰਨ ਲਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਲੋਕ ਸਭਾ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਜੀਵਨੀ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰ ਨਾਮਜ਼ਦਗੀ ਡਾਕਟਰ ਰਾਜ ਸਿੰਘ ਪੱਤਰ ਦਾਖਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ਨੂੰ ਕਰੜੇ ਹੱਥੀਂ ਲੈਂਦੇ ਕਿਹਾ ਕਿ ਮੁੱਖ ਮੰਤਰੀ ਦੀ ਇੰਨੀ ਹਿੰਮਤ ਨਹੀਂ ਹੋਈ ਕਿ ਉਹ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਦਾਖਲ ਕਰਾ ਸਕੇ। ਉਹਨਾਂ ਕਿਹਾ ਕਿ ਕਾਂਗਰਸ ਨੇ ਠੱਗੀ ਮਾਰ ਕੇ ਸੱਤਾ ਹਾਸਲ ਕੀਤੀ, ਇਸ ਲਈ ਕੈਪਟਨ ਜੀਵਨੀ ਚੋਣਾਂ ਜਿੱਤਣ ਹਾਰਨ ਨਾਲ ਕੋਈ ਮਤਲਬ ਨਹੀਂ ਰੱਖਦੇ। ਉਹਨਾਂ ਨੇ ਭਾਈ ਬਲਵੰਤ ਰਾਜਵਾਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ 'ਤੇ ਕਿਹਾ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਰਹਿੰਦਿਆਂ ਅਤੇ ਬਾਅਦ 'ਚ ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਤੱਕ ਚੁੱਕਿਆ। ਮੈਂ ਕਾਂਗਰਸ ਦੀ ਚੀਜ਼ਾਂ 'ਤੇ ਹੈਰਾਨ ਹੈ। ਤੁਸੀਂ ਦੇਖੋ ਉਹਨਾਂ ਕੋਲ ਕੋਈ ਇੱਥੋਂ ਬੰਦਾ ਹੀ ਲੱਭਿਆ। ਦੂਜੀ ਗੱਲ, ਤੁਸੀਂ ਦਾਖਾ ਵੀ ਜਾ ਕੇ ਦੇਖੋ ਸੰਦੀਪ ਸੰਧੂ ਦੇ ਦੀ, ਇਹਦਾ ਕੋਈ ਲੈਣਾ ਦੇਣਾ ਵੀ ਹਲਕੇ 'ਚ? ਮੈਨੂੰ ਲੱਗਦਾ ਉਹਨਾਂ ਦੀ ਫਸਟ ਪਹਿਲੀ ਹਾਰ ਮੰਨੀ ਬੈਠੀ ਹੈ। ਮੈਨੂੰ ਲੱਗਦਾ ਕਿਉਂਕਿ ਮੁੱਖ ਮੰਤਰੀ ਦੀ ਹਿੰਮਤ ਹੀ ਨਹੀਂ ਹੋਈ ਆਪਣੇ ਉਮੀਦਵਾਰ ਦੇ ਕਾਗਜ਼ ਦਾਖਲ ਕਰਨ ਵਾਸਤੇ ਵੀ ਨਹੀਂ ਆ ਸਕਿਆ। ਇੰਨੀ ਸੀਰੀਅਸਨੈਸ ਉਹਨਾਂ ਦਿਖਦੀ ਹੈ ਕਿ ਨੌਨ ਸੀਰੀਅਸ ਮੁੱਖ ਮੰਤਰੀ ਹੈ। ਇਹਨੂੰ ਪ੍ਰਵਾਹ ਨਹੀਂ, ਜਿੱਤਣਗੇ ਹਾਰਨਗੇ ਕੈਪਟਨ ਨੂੰ ਕੋਈ ਫਿਕਰ ਨਹੀਂ। ਉਹਨੇ ਤਾਂ ਆਪਣਾ ਦਾਅ ਲਾ ਕੇ ਠੱਗੀ ਮਾਰ ਕੇ ਸਰਕਾਰ ਬਣਾ ਲਈ, ਹੁਣ ਤੱਕ ਕਾਂਗਰਸ ਹੀ ਲੁੱਟਣ 'ਤੇ ਲੱਗੇ ਆ। ਪਰ ਬਾਈ ਇਲੈਕਸ਼ਨ ਦੇ ਵਿੱਚ ਲੋਕੀ ਪੰਜਾਬ ਦੇ ਲੋਕੀ ਇਹਨੂੰ ਸਬਕ ਸਿਖਾਉਣਗੇ। ਜਲਾਲਾਬਾਦ ਤੋਂ ਮੌਂਟੀ ਚੁੱਗ ਦੀ ਰਿਪੋਰਟ, ਗੱਭਰੂ ਟੀਵੀ ਨਿਊਜ਼।